ਕਿਆ ਬਾਤ ਹੈ ਬਾਈ ਯਾਰ, ਜਿੱਦਾਂ ਟਿੱਬੇ 'ਤੇ ਖੁਰਲੀ ਜਾਂਦਾ ਹੁੰਦਾ ਨਾ ਪੋਲੇ ਪੋਲੇ ਥਾਂ 'ਚ, ਉਵੇਂ ਇੰਨਾ ਪੋਲਾ ਕਰਤਾ ਜਿਵੇਂ ਲਾਈ ਗਿੱਠ ਗੁੱਠ ਮੜੀ ਦੇਖੀ, ਫੋਟੰਗੂ ਯਾਰ ਥੱਲੇ ਵੜ ਗਿਆ ਤਾਂ, ਕਿਆ ਬਾਤ ਹੈ ਬਾਈ, ਬਹੁਤ ਡੂੰਘਾ ਜਾਂਦਾ ਬਾਈ ਜੀ। ਵੱਟ ਬੜੀ ਸੋਹਣੀ ਪਾਉਂਦਾ, ਬਾਕੀ ਜਿੰਦਰੇ ਤੋਂ ਮਿੱਟੀ ਨਿਕਲ ਨਹੀਂ ਰਹੀ, ਇੰਨੀ ਮੂਹਰੇ ਮਿੱਟੀ ਪੋਲੀ ਕਰਦਾ ਜਾਂਦਾ ਬਾਈ। ਇਸ ਤੋਂ ਬਿਨਾਂ ਇਹਦੇ ਨਾਲ ਟਰੋਲੀ ਲੱਗਦੀ ਹੈ ਜਿਹੜੀ ਕਿ 1000 ਕਿਲੋ 10 ਕੁਇੰਟਲ ਵਜ਼ਨ ਲੈ ਕੇ ਚੱਲਦੀ ਹੈ। ਇਸ ਦੇ ਨਾਲ ਰੀਪਰ ਲੱਗਦਾ ਜਿਹੜਾ ਕਿ ਕਣਕ ਵੱਢਣ ਦੇ, ਜਿਵੇਂ ਕਿ ਬਾਈ ਜੀ ਇੱਕ ਹੱਥ ਨਾਲ ਹੀ ਮੋੜ ਦਿੰਦਾ ਹਨਾ, ਉਵੇਂ ਜ਼ਿਆਦਾ ਤੰਗ ਵੀ ਨਹੀਂ ਕਰਦਾ। ਲੋਕ ਕੱਲ ਨੂੰ ਇੰਜਨ ਹੀ ਟੁੱਟ ਜਾਵੇ, ਟੁੱਟਦਾ ਨਹੀਂ ਹੈ, ਕਹਿਣ ਦਾ ਭਾਵ ਹੈ ਇੰਜਨ ਹੀ ਟੁੱਟ ਗਿਆ, ਇੰਜਨ ਬਦਲ ਕੇ ਨਵਾਂ ਦੇ ਦਿਆਂਗੇ, ਬਲੇਡ ਟੁੱਟ ਗਿਆ ਬਲੇਡ ਵੀ ਬਦਲ ਕੇ ਨਵਾਂ ਦੇ ਦਿਆਂ। ਕਿਆ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜੀ, ਰਿਸਪੈਕਟ ਫਾਰਮਰ ਟੀਵੀ ਚੈਨਲ 'ਤੇ ਅੱਜ ਤੁਹਾਡੇ ਲਈ ਇੱਕ ਖਾਸ ਵੀਡੀਓ ਲੈ ਕੇ ਆਏ ਹਾਂ। ਅਤੇ ਪਹਿਲਾਂ ਦੇਖੋ ਜੀ ਮਿੰਨੀ ਟਰੈਕਟਰ ਖੜ੍ਹੇ ਹੋਏ ਆ ਦੋ, ਅਤੇ ਨਾਲ ਦੇਖੀ ਤਾਂ ਆਪਾਂ ਬਲਾਂ ਤਰ੍ਹਾਂ ਦੇ ਸੰਦ ਪਏ ਆ ਜੀ, ਇੰਨੇ ਤਰ੍ਹਾਂ ਦੇ ਸੰਦ, ਪਤਾ ਨਹੀਂ ਕਿੱਦਾਂ ਕਿੱਦਾਂ ਯੂਜ਼ ਹੁੰਦੇ, ਆਪਾਂ ਸਾਰੀ ਗੱਲਬਾਤ ਬਾਈ ਜੀ ਹੋਰਾਂ ਨਾਲ ਕਰਾਂਗੇ ਜੀ। ਸੰਜੀਵ ਬਾਈ ਜੀ ਆਪਣੇ ਨਾਲ ਆ ਜੀ, ਕੰਪਨੀ ਦੇ ਓਨਰ ਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਸਭ ਤੋਂ ਪਹਿਲਾਂ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਕਿੰਨੇ ਤਰ੍ਹਾਂ ਦੇ ਸੰਦ ਹੈ ਜੀ? ਬਾਈ ਜੀ ਜਿਹਨੇ ਉਰੇ ਰੱਖੇ ਹੋਏ ਨੇ ਤਾਂ ਹੈਗੇ ਨੇ ਸਾਰੇ 15 ਤੋਂ 20 ਕਿਸਮ ਦੇ ਸੰਦ ਰੱਖੇ ਹੋਏ ਨੇ। ਠੀਕ ਹੈ ਜੀ। ਜਿਵੇਂ ਕਿ ਇੱਕ ਵੱਡੇ ਟਰੈਕਟਰ ਦੇ ਨਾਲ ਹਰ ਕੁਛ ਹੁੰਦਾ, ਜਿਵੇਂ ਕਿ ਕੱਦੂ ਕਰਦੇ ਆ ਨਾਲ ਬੈਡ ਲੱਗਦੇ ਨੇ, ਉਰੇ ਬੈਡ ਵੀ ਪਏ ਨੇ, ਲੋਹੇ ਦੇ ਬੀਲ ਲੱਗਦੇ ਨੇ ਜਿੱਥੇ ਚਿਕਣੀ ਮਿੱਟੀ ਆ ਸਲਿੱਪ ਕਰ ਜਾਂਦੇ ਨੇ, ਉੱਥੇ ਲੋਹੇ ਦੇ ਚੱਕੇ ਕੰਮ ਆਉਂਦੇ ਨੇ, ਆਹ ਆਪਣੇ ਲੋਹੇ ਦੇ ਚੱਕੇ ਪਏ ਨੇ, ਆਹ ਆਪਣੇ ਕੱਦੂ ਵਾਲੇ ਬੈਡ ਪਏ ਨੇ, ਔਰ ਉਸ ਤੋਂ ਬਾਅਦ ਮਿੱਟੀ ਚੜਾਉਣੀ ਆ ਆਪਾਂ ਨੇ, ਗੰਨੇ ਨੂੰ ਮਿੱਟੀ ਲਾਉਣੀ ਆ ਜਾਂ ਸਬਜ਼ੀਆਂ ਨੂੰ ਮਿੱਟੀ ਲਾਉਣੀ ਆ, ਉਹਦੇ ਵਾਸਤੇ ਆਪਾਂ ਨੇ ਇਹ ਡਿੱਚੇ ਰੱਖੇ ਹੋਏ ਨੇ, ਆਪਾਂ ਨੇ ਮੇੜ ਬਣਾਉਣੀ ਹੈ, ਵੱਟ ਬਣਾਉਣੀ ਆ, ਉਹਦੇ ਲਈ ਆਪਾਂ ਨੇ ਇਹ ਮੇੜ ਮੇਕਰ ਰੱਖਿਆ ਹੋਇਆ। ਉਸ ਤੋਂ ਬਾਅਦ ਹਰ ਤਰੀਕੇ ਦਾ ਉਰੇ ਕਲਟੀਵੇਟਰ ਰੱਖਿਆ ਹੋਇਆ, ਉਸ ਤੋਂ ਬਾਅਦ ਆਪਾਂ ਨੇ ਸੁਹਾਗਾ ਰੱਖਿਆ ਹੋਇਆ, ਉਸ ਤੋਂ ਬਾਅਦ ਆਪਾਂ ਨੇ ਪਲਾਓ ਸਿੰਗਲ ਵਾਲਾ ਵੀ ਰੱਖਿਆ ਹੋਇਆ, ਦੋਨੇ ਪਾਸੇ ਮਿੱਟੀ ਲਾਉਣ ਵਾਲਾ ਡਬਲ ਪਲਾਓ ਵੀ ਰੱਖਿਆ ਹੋਇਆ। ਇਸ ਮਸ਼ੀਨ ਦੇ ਨਾਲ 1 ਨਹੀਂ 45 ਅਟੈਚਮੈਂਟਾਂ ਚੱਲਦੀਆਂ ਨੇ, ਇੱਥੇ ਤਾਂ ਥੋੜੀਆਂ ਰੱਖੀਆਂ ਗਈਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਕਿਸਾਨ ਇਹੀ ਅਟੈਚਮੈਂਟਾਂ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ। ਇਸ ਤੋਂ ਬਿਨਾਂ ਇਹਦੇ ਨਾਲ ਟਰੋਲੀ ਲੱਗਦੀ ਹੈ ਜਿਹੜੀ ਕਿ 1000 ਕਿਲੋ 10 ਕੁਇੰਟਲ ਵਜ਼ਨ ਲੈ ਕੇ ਚੱਲਦੀ ਹੈ। ਇਸ ਦੇ ਨਾਲ ਰੀਪਰ ਲੱਗਦਾ ਜਿਹੜਾ ਕਿ ਕਣਕ ਵੱਢਣ ਦੇ, ਜਿਵੇਂ ਕਿ ਬਾਂਸਪਤੀ ਮੂਹਰੇ ਆਉਂਦੀ ਹੈ, ਝੋਨਾ ਲੱਗੇਗਾ ਤਾਂ ਥੋੜ੍ਹੀ ਜਿਹੀ ਬਾਂਸਪਤੀ ਦਾ 1-2 ਕਿੱਲੇ ਹੁੰਦੇ ਨੇ, ਉਹਨੂੰ ਵੱਢਣ ਲਈ ਕੋਈ ਚੀਜ਼ ਨਹੀਂ ਮਿਲਦੀ, ਤਾਂ ਉਹਦੇ ਲਈ ਵੀ ਰੀਪਰ ਲੱਗਦਾ। ਇਸ ਚੀਜ਼ ਨਾਲ ਹਰ ਅਟੈਚਮੈਂਟ ਇਸ ਰੀਪਰ ਦੇ ਇਸ ਟਿੱਲਰ ਦੇ ਨਾਲ ਲੱਗਦੀ ਹੈ ਜਿਹੜੀ ਕਿ ਵੱਡੇ ਟਰੈਕਟਰ ਦੇ ਨਾਲ ਵੀ ਲੱਗਦੀ ਹੈ। ਠੀਕ ਹੈ। ਅਤੇ ਬਾਈ ਜੀ ਆਪਾਂ ਮੇਨ ਗੱਲ ਕਰੀਏ ਵੀ ਜੋ ਟਰੈਕਟਰ ਵੱਡਾ ਕੰਮ ਕਰਦਾ ਜੀ ਉਵੇਂ ਸੇਮੇ ਕੰਮ ਕਰਦਾ ਜੀ, ਇਹ ਕਿੰਨੇ ਹਸ ਪਾਵਰ ਆ ਜੀ? ਇਹ 8.5 HP ਦਾ ਟਰਬੋ ਇਟਾਲੀਅਨ ਮਾਡਲ ਰੱਖਿਆ ਗਿਆ। ਠੀਕ ਹੈ। ਅਤੇ ਇਹਦੇ ਵਿੱਚ ਬਈ ਆਪਾਂ ਦੇਖੀਏ ਇਹਦੀ ਖਪਤ ਕਿੰਨੀ ਹੈ, ਫਿਊਲ ਖਪਤ ਇਹਦੀ ਕੀ ਐਵਰੇਜ ਹੈ ਜੀ? ਇਹਦੀ ਪੈਟਰੋਲ ਦੀ ਖਪਤ 1 ਘੰਟੇ ਦੇ ਵਿੱਚ 750 ਤੋਂ 750 ਗ੍ਰਾਮ ਪੈਟਰੋਲ ਲੈਂਦਾ। ਔਰ ਜਿਹੜਾ ਇਹ ਇੰਜਨ ਬਣਾਇਆ ਗਿਆ ਬੜੀ ਹੀ ਆਧੁਨਿਕ ਤਕਨੀਕ ਦੇ ਨਾਲ ਇੰਜਨ ਬਣਾਇਆ ਗਿਆ, ਨਵੀਂ ਟੈਕਨੋਲੋਜੀ ਦੇ ਨਾਲ ਇੰਜਨ ਬਣਾਇਆ ਗਿਆ। ਇਹਦੇ ਅੰਦਰ ਰੱਸੀ ਦੇ ਪਿੱਛੇ ਇੱਕ ਇਹੋ ਜਿਹਾ ਬਲੋਅਰ ਲਾਇਆ ਗਿਆ ਜੇ ਕਿਸਾਨ ਲਗਾਤਾਰ 8 ਘੰਟੇ ਤੋਂ 10 ਘੰਟੇ ਵੀ ਚਲਾ ਦੇ, ਇਹ ਮਸ਼ੀਨ ਗਰਮ ਨਹੀਂ ਹੁੰਦੀ, ਇਹ ਮਸ਼ੀਨ ਤੱਤੀ ਨਹੀਂ ਹੁੰਦੀ, ਔਰ ਇਸ ਮਸ਼ੀਨ ਦੀ ਕੋਈ ਦਿੱਕਤ ਨਹੀਂ ਆਉਂਦੀ। ਏਅਰ ਕਲੀਨਰ ਇਸ ਨੂੰ ਤੇਲ ਵਾਲਾ ਅਜਿਹਾ ਲਾਇਆ ਹੋਇਆ, ਮੰਨ ਲਓ ਕਈ ਕਿਸਾਨਾਂ ਦੇ ਖੇਤਾਂ 'ਚ ਮਿੱਟੀ ਧੂਲ ਘੱਟਾ ਜ਼ਿਆਦਾ ਉੱਡਦਾ, ਇਹਦੇ ਵਿੱਚ ਮਿੱਟੀ ਵੀ ਆ ਜਾਵੇ ਤਾਂ ਮਿੱਟੀ ਜਿਵੇਂ ਟਰੈਕਟਰਾਂ ਦੇ ਏਅਰ ਕਲੀਨਰ ਦੇ ਵਿੱਚ ਮੋਗਲਣ ਦੇ ਵਿੱਚ ਆ ਕੇ ਰੁਕ ਜਾਂਦੀ ਆ, ਉਸ ਤੋਂ ਬਾਅਦ ਅੰਦਰ ਨਹੀਂ ਜਾਂਦੀ। ਉਸੇ ਤਰੀਕੇ ਦੇ ਨਾਲ ਇਹਦੇ ਅੰਦਰ ਨਹੀਂ ਜਾਂਦੀ। ਸਲੰਸਰ ਇਹਦਾ ਹੀਟ ਪਰੂਫ ਬਣਾਇਆ ਗਿਆ। ਠੀਕ ਹੈ। ਉਸ ਤੋਂ ਬਾਅਦ ਜਿਹੜਾ ਇਹਦਾ ਗੇਅਰ ਡਿਜ਼ਾਈਨ ਕੀਤਾ ਗਿਆ ਇਹ ਬਿਲਕੁਲ ਅਲੱਗ ਤਰੀਕੇ ਨਾਲ ਕੀਤਾ ਗਿਆ, ਇਹਦੇ 2 ਗੇਅਰ ਅੱਗੇ ਨੂੰ ਅਤੇ 1 ਗੇਅਰ ਬੈਕ ਵਾਲਾ ਪਿੱਛੇ ਨੂੰ ਵੀ ਪੈਂਦਾ। ਠੀਕ ਹੈ, ਕਿਆ ਬਾਤ ਹੈ ਜੀ। ਅਤੇ ਬਾਈ ਜੀ ਜਿਵੇਂ ਆਪਾਂ ਟਰਾਲੀ ਦੀ ਗੱਲ ਕਰੀ, ਟਰਾਲੀ ਫਿਰ ਸੜਕ ਵਗੈਰਾ 'ਤੇ ਵੀ ਇਹਦੀ ਸਪੀਡ ਅੱਛੀ ਹੈ ਜੀ?
ਇਸ ਦੇ ਮਗਰ ਅਗਰ ਆਪਾਂ ਟਰਾਲੀ ਪਾ ਕੇ 10 ਕੁਇੰਟਲ ਵਜਨ 1 ਟਨ ਵਜਨ ਲੈ ਕੇ ਚੱਲਦੇ ਹਾਂ ਤਾਂ ਇਹਦੀ ਸਪੀਡ ਘੱਟ ਤੋਂ ਘੱਟ 30 ਦੀ ਸਪੀਡ 'ਤੇ ਬੜੇ ਆਰਾਮ ਦੇ ਨਾਲ ਚੱਲ। ਕਈ ਏਰੀਏ ਇਹੋ ਜਿਹੇ ਨੇ ਜਿੱਥੇ ਬਾਗ ਲੱਗਦੇ ਨੇ, ਸਬਜ਼ੀਆਂ ਦਾ ਕੰਮ ਹੁੰਦਾ, ਉੱਥੇ ਕੋਈ ਵੀ ਟਰੈਕਟਰ ਕੰਮ ਨਹੀਂ ਕਰਦਾ। ਛੋਟੀਆਂ ਛੋਟੀਆਂ ਪਤਲੀਆਂ ਖਾਲੀਆਂ ਹੁੰਦੀਆਂ ਨੇ, ਜਗ੍ਹਾ ਘੱਟ ਹੁੰਦੀ ਹੈ। ਜਿਵੇਂ ਕਿ ਆਪਾਂ ਨੇ ਅਮਰੂਦ ਦਾ ਪੇੜ ਲਾ ਲਿਆ ਜਾਂ ਕਿਸੇ ਹੋਰ ਨਿੰਬੂ ਦੇ ਪੇੜ ਨੇ, ਉਹਦੇ ਆਲੇ ਦੁਆਲੇ ਟਰੈਕਟਰ ਨਹੀਂ ਘੁੰਮਦਾ, ਉੱਥੇ ਇਹੀ ਟਿੱਲਰ ਘੁੰਮਦਾ। ਇਹਦੇ ਬਲੇਡ ਛੋਟੇ ਬੜੇ ਕੀਤੇ ਜਾ ਸਕਦੇ ਨੇ। ਅਸੀਂ ਜਿਹੜੀ ਰੋਟਰੀ ਨਾਲ ਦਿੰਦੇ ਹਾਂ 4 ਫੁੱਟ ਦੀ 32 ਬਲੇਡਾਂ ਦੀ ਰੋਟਰੀ ਹੁੰਦੀ ਹੈ, ਇਹਦੇ ਵਿੱਚ ਮਾਤਰ ਆਪਾਂ ਨੇ ਆਹ ਪਿੰਨ ਕੱਢਣੀ ਆ, ਹੋਰ ਛੋਟਾ ਹੋ ਜੂ, ਆਹ ਪਿੰਨ ਕੱਢਣਾ ਹੋਰ ਛੋਟਾ ਹੋ ਜੂ, ਆਹ ਪਿੰਨ ਕੱਢਣਾ ਹੋਰ ਛੋਟਾ ਹੋ ਜੂ। ਇਹਨੂੰ ਚਲਾਉਣਾ ਬੜਾ ਸੌਖਾ, ਇਹਨੂੰ ਓਪਰੇਟ ਕਰਨਾ ਬੜਾ ਸੌਖਾ, ਇਹਨੂੰ ਛੋਟਾ ਬੜਾ ਕਰਨਾ ਬੜਾ ਸੌਖਾ। ਤੇ ਬਾਈ ਜੀ ਇਹਨਾਂ ਬਾਰੇ ਜਾਣਕਾਰੀ ਤਾਂ ਆਪਾਂ ਬਹੁਤ ਦੇਤੀ ਵਿਊਰਾਂ ਨੂੰ, ਤੇ ਹੁਣ ਆਪਾਂ ਇਹਨਾਂ ਨੂੰ ਚਲਾ ਕੇ ਵੀ ਦਿਖਾਈਏ ਬਾਈ। ਬਿਲਕੁਲ ਬਿਲਕੁਲ, ਲਾਈਵ ਡੈਮੋ ਕਰਕੇ ਦਿਖਾਵਾਂਗੇ ਵੀ ਇਹ ਰੋਟਾਵੇਟਰ ਕਿਸ ਤਰੀਕੇ ਨਾਲ ਕੰਮ ਕਰਦਾ। ਆਇਆ ਕਾਲਾ ਬੇਟਾ, ਸਟਾਰਟਿੰਗ ਬਾਈ ਜੀ 1 ਨੰਬਰ ਆ ਜਾਵਾਂ, ਪਹਿਲੀ ਰੱਸੀ 'ਤੇ ਸਟਾਰਟ ਹੁੰਦੇ ਹੈ ਨਾ ਬਾਈ ਜੀ। ਮਸ਼ੀਨ ਹੀ ਉਹ ਹੈ, ਰੋਟਾਵੇਟਰ ਹੀ ਉਹ ਹੈ, ਛੋਟਾ ਟਰੈਕਟਰ ਹੀ ਉਹ ਹੈ ਜਿਹੜਾ ਪਹਿਲੀ ਰੱਸੀ 'ਚ ਸਟਾਰਟ ਹੋ ਗਿਆ ਵਾ ਬਾਈ। ਪੂਰਾ ਥੱਲੇ ਦੱਸਦਾ ਬਾਈ ਹੈ ਨਾ, ਪੂਰੀ ਡਾਕਰ ਜ਼ਮੀਨ ਪਈ ਹੈ। ਇਹ ਬਾਈ ਦੋਵੇਂ ਗੇਅਰਾਂ 'ਚ ਚੱਲਦਾ ਜੀ। ਬਾਈ ਜੀ ਇਹ ਦੂਜਾ ਗੇਅਰ ਲਾਤਾ, ਨੂੰ ਕਹਿੰਦੇ ਨੇ ਫਰਾਟਾ ਗੇਅਰ। ਬਿਲਕੁਲ ਫਰਾਟੇ ਮਾਰਦੀ, ਮਿੱਟੀ ਦੇਖੋ ਜੀ ਛਾਲ ਛਾਲ ਮਾਰਦਾ, ਤੇ ਡੂੰਘਾ ਬੜਾ ਜਾ ਰਿਹਾ। ਮਿੱਤਰੋ ਦੇਖੀਏ ਆਪਾਂ ਆਪਣੇ ਜਿਵੇਂ ਵੱਡੇ ਟਰੈਕਟਰ ਦੇ ਰੂਟਾਵੇਟਰ ਜਾਂਦੇ ਜੀ, ਉਵੇਂ ਬਿਲਕੁਲ ਥੱਲੇ ਤੱਕ ਜਾਂਦਾ ਇਹ। ਮਿੱਤਰੋ ਕੋਈ ਉੱਚੇ ਨੀਵੇਂ ਥਾਂ ਨੂੰ ਨਹੀਂ ਗੋਲਦਾ, ਦੇਖੋ ਵੱਟਾਂ ਬਣੀਆਂ ਹੋਈਆਂ ਨੇ, ਵੱਟਾਂ ਵੁੱਟਾਂ ਨੂੰ ਉਵੇਂ ਹੀ ਤੁਰਿਆ ਆਉਂਦਾ, ਵਧੀਆ ਸਾਰੀ ਜਗ੍ਹਾ ਇੱਕ ਸਾਰ ਕਰਦਾ ਵਾ। ਆਹ ਦੇਖੋ ਕਿੱਡੇ ਕਿੱਡੇ ਖੱਡਾ ਖੁੱਡਾ ਬਾਈ ਜੀ, ਇੱਕ ਸਾਰ ਚੱਲਦਾ ਬਿਲਕੁਲ, ਉਵੇਂ ਧਰਦਾ ਦੇਖੋ ਧਰਦਾ ਆਉਣਾ ਹੁਣ ਦੇਖੇ ਜੀ ਆਪਾਂ। ਬਾਈ ਜੀ ਇੱਕ ਹੱਥ ਨਾਲ ਹੀ ਮੋੜ ਦਿੰਦਾ ਹੈ ਨਾ, ਉਵੇਂ ਜ਼ਿਆਦਾ ਤੰਗ ਵੀ ਨਹੀਂ ਕਰਦਾ ਲਾ। ਬਾਈ ਜੀ ਇਹ ਤਾਂ ਚੱਲਦਾ ਹੀ ਬਹੁਤ ਆ, ਵਾਈਬ੍ਰੇਸ਼ਨ ਇਹਦੇ ਵਿੱਚ ਕੋਈ ਚੀਜ਼ ਨਾਉਂ ਦੀ ਹੈ ਹੀ ਨਹੀਂ। ਇਹਦਾ ਕੰਮ ਰੋਟਾਵੇਟਰ ਦਾ ਹੀ ਹੈ ਕਿ ਸਹੀ ਤਰੀਕੇ ਨਾਲ ਚੱਲੇ ਔਰ ਕਿਸਾਨ ਭਰਾ ਨੂੰ ਇਹ 'ਚ ਥਕਾਵਟ ਮਹਿਸੂਸ ਨਾ ਹੋ ਰਹੇ, ਕੰਮ ਪੂਰਾ ਕਰਕੇ ਦੇਵੇ। ਬਿਲਕੁਲ ਬਿਲਕੁਲ ਜੀ, ਚਲਾਉਣਾ ਬਹੁਤ ਆਸਾਨ ਹੈ ਮਿੱਤਰੋ। ਆਹ ਦੇਖੋ ਇੱਕ ਹੱਥ ਨਾਲ ਬਾਈ ਲਈ ਫਿਰਦਾ, ਕੋਈ ਐਡਾ ਮੈਟਰ ਨਹੀਂ ਹੈਗਾ ਇਹਦੇ 'ਚ ਦੇਖੋ ਬਾਈ। ਬਾਈ ਇਹ ਬੰਦ ਬੁੰਦ ਤਾਂ ਨਹੀਂ ਹੁੰਦਾ ਜੇ ਕੋਈ ਦਾਬ ਦੇਈਏ ਆਪਾਂ? ਬਾਈ ਜੀ ਬੰਦ ਹੁੰਦਾ ਦਾਬ ਦੇ ਕੇ ਕਹਿੰਦਾ ਮੈਂ ਕਰ ਦੇ। ਵਾਹ ਬਾਈ ਵਾਹ, ਵਾਹ ਬਾਈ ਵਾਹ। ਉਹ ਮਿੱਤਰੋ ਕਿਆ ਬਾਤ ਆ, ਦੇਖੋ ਫਿਰ ਬੰਦੇ ਦਾ ਪੂਰਾ ਭਾਰ ਝੱਲ ਲੈਂਦਾ ਦੇਖੋ ਤੁਸੀਂ, ਕੋਈ ਦਬਣ ਦੀ ਨਾ ਦੀ ਇੰਜਨ ਨੂੰ ਕੋਈ ਪ੍ਰਵਾਹ ਹੈ ਨਹੀਂ ਗੀ। ਇਸ ਮਸ਼ੀਨ ਨੂੰ ਨਾ ਦਬਦੀ ਆ, ਨਾ ਇਹ ਬੰਦ ਹੋਊਗੀ, ਨਾ ਇਹ ਮਸ਼ੀਨ ਲੋੜ ਲਊ। ਕਿਆ ਬਾਤ ਆ ਬਾਈ ਜੀ, ਮੈਂ ਤਾਂ ਵੈਸੇ ਜਸਟ ਕਿਹਾ ਸੀ ਪਰ ਤੁਸੀਂ ਆਪਣਾ ਪੂਰਾ ਭਾਰ ਦੇਦਾ ਤਾਂ ਵੀ ਕੋਈ ਫਰਕ ਨਹੀਂ। ਬਾਈ ਜੀ ਜਦ ਇਹ ਮਸ਼ੀਨ ਕੰਪਨੀ 'ਚ ਬਣਦੀ ਆ, ਟੈਸਟ ਹੋ ਕੇ ਤਰੀਕੇ ਨਾਲ ਕਿਸਾਨ ਦੇ ਘਰ ਜਾਂਦੀ ਆ, ਤਾਂ ਕਿ ਕਿਸੇ ਵੀ ਕਿਸਾਨ ਨੂੰ ਦਿੱਕਤ ਨਾ ਆਵੇ। ਕਿਆ ਬਾਤ ਹੈ ਜੀ, ਤਾਂ ਮਿੱਤਰੋ ਹੁਣ ਤੁਹਾਨੂੰ ਵੱਟ ਪਾ ਕੇ ਦਿਖਾਉਣੇ ਆ। ਇਸ ਤੋਂ ਬਾਅਦ ਜੀ ਸਰ ਆਪਾਂ ਦੇਖੀਏ ਵੀ ਡੂੰਘਾ ਵੀ ਕਿੰਨਾ ਕੁ ਜਾਂਦਾ, ਜਿਵੇਂ ਤੁਸੀਂ ਉੱਪਰ ਚੜ੍ਹੇ ਸੀ ਤੇ ਧਸਦਾ ਤੁਰਿਆ ਆਉਂਦਾ ਤੇ ਪਰ ਦਬਿਆ ਤਾਂ ਜਾਵਾਂ ਨਹੀਂ, ਪਰ ਡੂੰਘਾ ਕਿੰਨਾ ਕੁ ਗਿਆ ਸਰ? ਬਾਈ ਜੀ ਗੱਲ ਆ, ਮੇਰੇ ਹੱਥ ਨਾਲ ਤਾਂ ਡੂੰਘਾ ਦਿਖਾਇਆ ਤਾਂ ਕਿਸਾਨ ਕਹੂਗਾ ਇਹ ਪੱਟ ਰਿਹਾ ਵਿੱਚੋਂ। ਸਹੀ ਆਪ ਤੁਸੀਂ ਦਿਖਾਓ ਵੀ ਇਹ ਡੂੰਘਾ ਸਹੀ ਕਿੰਨਾ। ਚਲ ਮੁੰਡੇ ਨੂੰ ਕਹਿ ਦਿੰਦੇ ਬਾਈ ਇੱਥੋਂ ਜੇ ਪੱਟ ਲੱਗੇ, ਪੱਟ ਭਾਈ। ਕਿਆ ਬਾਤ ਹੈ ਬਾਈ ਯਾਰ, ਜਿੱਦਾਂ ਟਿੱਬੇ 'ਤੇ ਖੁਰਲੀ ਜਾਂਦਾ ਹੁੰਦਾ ਨਾ ਪੋਲੇ ਪੋਲੇ ਥਾਂ 'ਚ, ਉਵੇਂ ਇੰਨਾ ਪੋਲਾ ਕਰਤਾ ਜ਼ਮੀਨ। ਬਾਈ ਲਾਈ ਗੱਠ ਗੁੱਠ ਮੜੀ ਦੇਖੀ,
ਫੁੱਟ ਵਾਂਗੂ ਯਾਰ ਥੱਲੇ ਵੜ ਗਿਆ ਤਾਂ ਕਿਆ ਬਾਤ ਹੈ ਬਾਈ, ਬਹੁਤ ਡੂੰਘਾ ਜਾਂਦਾ ਬਾਈ ਜੀ। ਸਹੀ ਮਸ਼ੀਨ 7.5 HP ਦੀ ਟਰਬੋ ਇਟਾਲੀਅਨ ਦੀ, ਜੇ ਸਹੀ ਕੰਮ ਕਿਸਾਨ ਦੇ ਘਰ ਜਾ ਗਈ, ਪੁਰਾਣੇ ਜੁੜੇ ਹੋਏ ਨੇ 35 ਸਾਲ ਪੁਰਾਣੇ ਇਸ ਕੰਪਨੀ ਨਾਲ, ਤਾਂ ਹੀ ਇੱਥੇ ਮੁੜ ਮੁੜ ਆਉਂਦੇ ਨੇ, ਨਹੀਂ ਇੱਥੇ ਕਿਹੜੇ ਕਿਸਾਨ ਆਊਗਾ ਦੁਬਾਰੇ। ਬਿਲਕੁਲ ਜੀ ਬਿਲਕੁਲ। ਮਿੱਤਰੋ ਤਾਂ ਜਿੰਦਰਾ ਲਾਤਾ ਮਗਰ ਹੁਣ ਆਪਾਂ ਦੇਣੇ ਆ ਵੱਟ ਪਾਉਂਦਾ, ਅਤੇ ਇਹ ਦੋ ਦੋ ਕੰਮ ਕਰੂਗਾ ਮੇਰਾ ਖਿਆਲ ਬਾਈ, ਅੱਗੇ ਰੂਟਾਵੇਟਰ ਵੀ ਨਾਲ ਨਾਲ ਹੀ ਚੱਲੂ। ਬਾਈ ਜੀ ਟਰੈਕਟਰ ਵੀ ਏਡਾ ਕੰਮ ਨਹੀਂ ਕਰਦਾ, ਇਹਦਾ ਜਿੱਡੀ ਇਹ ਛੋਟੀ ਜਿਹੀ ਮਸ਼ੀਨ ਕਰ ਦਿੰਦੇ, ਰੂਟਾਵੇਟਰ ਪਿੱਛੇ ਜਿੰਦਰਾ। ਵਾਹ ਜੀ ਵਾਹ, ਜਿੰਦਰਾ ਮਿੱਤਰੋ ਭਰ ਭਰ ਨਿਕਲ ਰਿਹਾ, ਪੂਰਾ ਭਰ ਭਰ ਮਿੱਟੀ ਜਿੰਦਰੇ ਦਾ ਨਿਕਲਦੀ ਨਹੀਂ, ਵੱਟ ਦੇਖੋ ਤੁਸੀਂ ਕਿੱਦਾਂ ਪਾਉਂਦਾ, ਅੱਗੇ ਵੀ ਅੱਗੇ ਦੇਖੋ, ਦੋ ਦੋ ਕੰਮ ਕਰੀ ਜਾਂਦਾ ਮਿੱਤਰੋ, ਦੋ ਦੋ ਦੇਖੋ ਦੇਖੋ, ਵੱਟ ਬੜੀ ਸੋਹਣੀ ਪਾਉਂਦਾ, ਬਾਕੀ ਜਿੰਦਰੇ ਤੋਂ ਮਿੱਟੀ ਨਿਕਲ ਨਹੀਂ ਰਹੀ, ਇੰਨੀ ਮੂਹਰੇ ਮਿੱਟੀ ਪੋਲੀ ਕਰਦਾ ਜਾਂਦਾ ਬਈ, ਜਿੰਦਰਾ ਭਰ ਕੇ ਨਿਕਲਦਾ ਹੈ ਨਾ, ਵੱਟ ਬੜੀ ਸੋਹਣੀ। ਗੱਲ ਇਹ ਹੈ ਜੇ ਸਹੀ ਤਰੀਕੇ ਨਾਲ ਮਿੱਟੀ ਭਰ ਕੇ ਨਿਕਲੂਗੀ ਵੱਟ ਤਾਂ ਹੀ ਸਹੀ ਪਊਗੀ। ਬਿਲਕੁਲ, ਨਹੀਂ ਵੱਟ ਕਿਵੇਂ ਸਹੀ ਪਊਗੀ। ਨਹੀਂ ਨਹੀਂ ਦੋ ਦੋ ਕੰਮ ਕਰੀ ਜਾਂਦਾ ਜੀ, ਦੇਖੋ ਤੁਸੀਂ ਕਿਆ ਬਾਤ ਹੈ ਬਈ, ਜਿੰਦਰਾ ਬੜਾ ਕਾਮਯਾਬ ਆ ਬਈ, ਦੇਖੋ ਸਬਜ਼ੀਆਂ ਵਗੈਰਾ ਲਾਉਣੀਆਂ ਹੋਣ ਤਾਂ ਵੱਟ ਇਹ ਵਾਰ ਲੈ ਜਾਵਾਂ, ਰੂਟਾਵੇਟਰ ਆਪਾਂ ਸਾਰਾ ਇਹਦਾ 18 ਇੰਚ ਕਰ ਦਿੱਤਾ। ਕਿਆ ਬਾਤ ਹੈ ਜੀ, ਲੈ ਮਿੱਤਰੋ ਦੇਖੋ ਬਈ, ਕਿਆ ਬਾਤ ਹੈ ਸਰ, ਪੂਰੇ ਦਾ ਪੂਰਾ ਜਿੰਨਾ ਵਿੱਚ ਖੱਬਲ ਹੈ, ਘਾਹ ਹੈ, ਫੂਸ ਹੈ, ਸਾਰੇ ਦੀਆਂ ਸਾਰੀਆਂ ਜੜ੍ਹਾਂ ਸਮੇਤ ਇਹਨੇ ਬਾਹਰ ਕਰਤਾ, ਇੱਕ ਵੀ ਕੱਪਲ ਬੂਟਾ ਵਿੱਚ ਨਹੀਂ ਦਿਖੂਗਾ। ਆਮ ਤੌਰ 'ਤੇ ਹੈ ਜੀ ਬਾਹਰ ਨਿਕਲਦੀ ਹੋਈ ਨਹੀਂ ਜੜ੍ਹ, ਸਾਰੀ ਦੀਆਂ ਸਾਰੀਆਂ ਜੜ੍ਹਾਂ ਧੁਰ ਤੋਂ ਤੁਰ, ਇੱਕੋ ਜਿਹਾ ਭੋਰਾ ਵੀ ਵਿੱਚ ਕੱਪਲ ਨਹੀਂ ਦਿਖੂਗਾ। ਕਿਆ ਬਾਤ ਹੈ ਜੀ, ਅਤੇ ਬਾਈ ਇੱਕ ਕੰਮ ਬਹੁਤ ਜਲਦੀ ਕਰਦਾ, ਐਂ ਨਹੀਂ ਵੀ ਸਲੋਅ ਤੁਰਦਾ, ਕਿੰਨੀ ਚਾਲ ਸੀ ਨਾਲੇ ਹੈ ਨਾ। ਕਿਆ ਬਾਤ ਹੈ, ਲੈ ਮਿੱਤਰੋ ਹੁਣ ਹਲ ਚੱਲ ਰਹੇ ਆ ਜੀ, ਹਲ ਦੇਖੋ ਤੁਸੀਂ, ਇਹ ਵੀ ਆਪਣੇ ਮੁਤਾਬਕ ਦੇ ਨਾਲ ਵੱਡਾ ਛੋਟਾ ਕਰ ਸਕਦੇ ਹਾਂ, ਕਲਟੀਵੇਟਰ ਵੀ ਜੀ, ਇਹ ਕਲਟੀਵੇਟਰ ਨੂੰ ਆਪਾਂ ਛੋਟਾ ਵੀ ਕਰ ਸਕਦੇ ਹਾਂ, ਬੜਾ ਵੀ ਕਰ ਸਕਦੇ ਹਾਂ। ਲੈ ਮਿੱਤਰੋ ਤੁਹਾਨੂੰ ਦਿਖਾਈਏ ਕਿੱਦਾਂ ਆਉਣਾ ਹੋਇਆ ਜ਼ਮੀਨ, ਦੇਖੋ ਮਿੱਤਰੋ ਕਿਵੇਂ ਪੂਰੀ ਜੁਤਾਈ ਉਵੇਂ ਕਰੀ ਜਾਂਦਾ, ਹਲ ਦੇਖੋ ਉਵੇਂ ਹਲ ਲੱਗਦੇ ਹੋਏ, ਕਿਆ ਬਾਤ ਹੈ ਜੀ। ਤਾਂ ਇਹ ਸੀ ਮਿੱਤਰੋ ਕਲਟੀਵੇਟਰ, ਕਲਟੀਵੇਟਰ ਸਹੀ ਉਹੀ ਹੈ, ਮਸ਼ੀਨ ਲੋਡ ਉਹੀ ਲੈ ਰਹੀ ਹੈ ਸਹੀ ਤਰੀਕੇ ਨਾਲ, ਬਿਨਾਂ ਕਿਸੇ ਆਵਾਜ਼ ਬਦਲੇ, ਬਿਨਾਂ ਕਿਸੇ ਲੋਡ ਤੋਂ ਸਾਰੀ ਖੱਬਲ ਬਾਹਰ, ਔਰ ਕਲਟੀਵੇਟਰ ਫਿਰਿਆ ਹੋਇਆ ਦਿਖਦਾ ਵੀ ਜ਼ਮੀਨ ਦੇ ਵਿੱਚ ਸਹੀ ਕਲਟੀਵੇਟਰ ਫਿਰਿਆ ਹੋਇਆ। ਬਿਲਕੁਲ ਸਰ, ਹਾਂਜੀ। ਤਾਂ ਮਿੱਤਰੋ ਆਪਾਂ ਮਸ਼ੀਨ ਚੱਲਦੀ ਦੇਖੀ, ਅਤੇ ਬਾਈ ਜੀ ਮਸ਼ੀਨ ਬਹੁਤ ਸੋਹਣੀ ਚੱਲੀ ਜੀ, ਅਤੇ ਇਹਦੀ ਬਾਈ ਜੇ ਮੰਗਾਉਣਾ ਹੋਵੇ ਤਾਂ ਉਹ ਕੀ ਪ੍ਰੋਸੈਸ ਹੈ, ਅਤੇ ਨਾਲੇ ਗਰੰਟੀ ਕੀ ਹੋਊਗੀ ਇਹਦੀ? 1 ਸਾਲ ਦੀ ਪੂਰੀ ਗਰੰਟੀ ਰਹੇਗੀ, ਕਿਸੇ ਵੀ ਕਿਸਮ ਦਾ ਕੋਈ ਟੁੱਟ ਜਾਵੇ ਫੁੱਟ ਜਾਵੇ, ਕਿਸਾਨ ਸਾਨੂੰ ਵਟਸਐਪ ਦੇ ਉੱਤੇ ਟੁੱਟੇ ਹੋਏ ਪੁਰਜੇ ਦੀ ਅਤੇ ਬਿੱਲ ਦੀ ਕਾਪੀ ਭੇਜ ਦੇਵੇ, ਨਾਲ ਦੀ ਨਾਲ ਉਹ ਪੁਰਜਾ ਨਿਕਲ ਕੇ ਕੰਪਨੀ ਦੇ ਵਿੱਚੋਂ ਜ਼ਿਮੀਂਦਾਰ ਦੇ ਘਰ ਪਹੁੰਚ ਜੂ। ਮੰਨ ਲਓ ਕੱਲ੍ਹ ਨੂੰ ਇੰਜਨ ਹੀ ਟੁੱਟ ਜਾਵੇ, ਟੁੱਟਦਾ ਨਹੀਂ ਹੈ,
ਕਹਿਣ ਦਾ ਭਾਵ ਹੈ ਇੰਜਨ ਹੀ ਟੁੱਟ ਗਿਆ, ਇੰਜਨ ਬਦਲ ਕੇ ਨਵਾਂ ਦੇ ਦਿਆਂਗੇ, ਬਲੇਡ ਟੁੱਟ ਗਿਆ ਬਲੇਡ ਵੀ ਬਦਲ ਕੇ ਨਵਾਂ ਦੇ ਦਿਆਂ। ਕੀ ਬਾਤ ਹੈ ਬਈ, ਨਿੱਕੀ ਮੋਟੀ ਚੀਜ਼ ਤਾਂ ਚਲੋ ਰਿਪਲੇਸਮੈਂਟ ਹੋ ਜਾਂਦੀ, ਇੰਜਨ ਦੀ ਵੱਡੀ ਬਹੁਤ ਵੱਡੀ ਗੱਲ ਕਹੀ ਤੁਸੀਂ, ਇਹ ਜਿਹੜੀ ਆਮ ਗਰੰਟੀ ਕਿਤੇ ਨਹੀਂ ਮਿਲਦੀ ਇਹ। ਭਾਈ ਜੀ ਇਹ ਗਰੰਟੀ ਤਾਂ ਹੈ, ਸਾਨੂੰ ਪਤਾ ਵੀ ਅਸੀਂ ਇੰਜਨ 'ਚ ਪਾਇਆ ਕੀ ਹੈ, ਇੰਜਨ ਬਣਾਇਆ ਕਿਸ ਤਰੀਕੇ ਦਾ, ਗੇਅਰ ਬਣਾਇਆ ਕਿਸ ਤਰੀਕੇ ਦਾ, ਬਲੇਡ ਕਿਹੜੀ ਚੀਜ਼ ਦੇ ਬਣਾਏ ਨੇ, ਇਸੇ ਕਰਕੇ ਇਹਦੀ ਗਰੰਟੀ ਹੈ। ਬਹੁਤ ਵਧੀਆ ਜੀ। ਔਰ ਮੰਗਵਾਉਣ ਦਾ ਬੜਾ ਸਿੰਪਲ ਤਰੀਕਾ ਹੈ, ਤੁਹਾਡੀ ਵੀਡੀਓ 'ਤੇ ਨੰਬਰ ਚੱਲ ਰਹੇ ਨੇ, ਜਾਣਕਾਰੀ ਪ੍ਰਾਪਤ ਕਰਨ ਲਈ ਸਿੰਪਲ ਕਾਲ ਕਰਨ ਜਾਂ ਵਟਸਐਪ ਦੇ ਉੱਤੇ ਮੈਸੇਜ ਕਰਨ, ਪੂਰੀ ਜਾਣਕਾਰੀ ਦੇ ਦਿੱਤੀ ਜਾਊਗੀ। ਸਿਰਫ ਪਹਿਲਾਂ 5000 ਰੁਪਏ ਕੰਪਨੀ ਦੇ ਗੂਗਲ ਪੇ, ਫੋਨਪੇ ਜਾਂ ਅਕਾਊਂਟ 'ਚ ਪਾਉਣਾ, ਉਸ ਤੋਂ ਬਾਅਦ ਬਣੀ ਤਣੀ ਮਸ਼ੀਨ ਫਿੱਟ ਹੋ ਕੇ ਕਿਸਾਨ ਦੇ ਘਰ ਡਿਲੀਵਰ ਕੀਤੀ ਜਾਊਗੀ, ਬਾਕੀ ਦੇ ਪੈਸੇ ਕਿਸਾਨ ਤੋਂ ਚਾਹੇ ਉਹ ਔਨਲਾਈਨ ਕਰ ਦੇਵੇ ਚਾਹੇ ਘਰ ਜਾ ਕੇ ਕੈਸ਼ ਇਨ ਹੈਂਡ ਦੇ ਦੇ। ਅਤੇ ਬਾਈ ਜੀ ਆਪਣਾ ਇਹਦਾ ਰੇਟ ਕੀ ਹੋਊਗਾ ਜੀ? ਇਹ ਮਸ਼ੀਨ ਦਾ ਜਿਹੜਾ ਰੇਟ ਰਹੇਗਾ, R105 ਕਿੰਗ ਬਾਦਸ਼ਾਹ ਮਾਡਲ, ਇਹਦੇ ਨਾਲ 32 ਬਲੇਡਾਂ ਦੀ ਉਹ ਰੋਟਰੀ ਰਹੇਗੀ। ਇੱਥੇ ਰੱਖੀਆਂ ਜਿਹੜੀਆਂ 4 ਅਟੈਚਮੈਂਟਾਂ ਨੇ, 2000 ਰੁਪਏ ਦੀਆਂ ਕੋਈ ਵੀ 2-2 ਅਟੈਚਮੈਂਟਾਂ ਨਾਲ ਰਹਿਣਗੀਆਂ। ਇਸ ਮਸ਼ੀਨ ਦੀ ਜੋ ਕੀਮਤ ਹੈ ਮਾਤਰ 46,000 ਰੁਪਇਆ ਰਹੂਗੀ। ਠੀਕ ਹੈ। ਅਤੇ ਬਾਈ ਜੀ ਕੋਈ ਸਬਸਿਡੀ ਕੀ ਦਿਓਗੇ ਜੀ ਕਿਸਾਨਾਂ ਵਾਸਤੇ? ਹੁਣ ਸਬਸਿਡੀ ਦਾ ਗੱਲ ਬਾਈ ਜੀ ਇਹ ਹੈ, ਅੱਜ ਕੱਲ੍ਹ ਬਾਗਬਾਨੀ ਦਫ਼ਤਰਾਂ ਦੇ ਵਿੱਚ ਪੈਸਾ ਆਇਆ ਹੋਇਆ, ਕੋਈ ਵੀ ਕਿਸਾਨ ਭਰਾ ਜਾ ਕੇ ਸਾਡਾ ਬਿੱਲ ਉੱਥੇ ਜਾ ਕੇ ਦੇ ਸਕਦਾ। ਕੰਪਨੀ ਇਹ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਔਰ ਹਰ ਮਸ਼ੀਨ ਦੇ ਉੱਤੇ 40% ਸਬਸਿਡੀ ਬਾਗਬਾਨੀ ਦੇ ਵਿੱਚੋਂ ਦਵਾਉਣਾ ਕੰਪਨੀ ਦਾ ਕੰਮ ਹੈ। ਠੀਕ ਹੈ ਬਾਈ ਜੀ, ਤਾਂ ਕਿਸਾਨਾਂ ਦੇ ਫਾਇਦੇ ਦੀ ਗੱਲ ਹੀ ਹੈ ਬਾਈ ਜੀ, ਇਹ ਜੇ ਪ੍ਰਮਾਣਤਾ ਤਾਂ ਹੈ ਨਾ, ਆਪਾਂ ਨੂੰ ਸਬਸਿਡੀ ਮਿਲਦੀ ਹੈ ਤਾਂ ਬਿਲਕੁਲ ਜੀ। ਅਤੇ ਠੀਕ ਹੈ ਬਾਈ ਜੀ, ਉਹ ਸਬਸਿਡੀ ਤਾਂ ਮਿਲੂਗੀ, ਅਤੇ ਤੁਸੀਂ ਕੀ ਲੈਸ ਕਰੋਗੇ ਰੇਟ ਦੇ ਵਿੱਚੋਂ ਜੀ ਬਾਈ? ਭਾਈ ਜੀ ਤੁਸੀਂ ਵੀ ਇੰਨੀ ਦੂਰੋਂ ਚੱਲ ਕੇ ਆਏ ਹੋ, ਬਾਕੀ ਕਿਸਾਨਾਂ ਨਾਲ ਪੂਰੇ ਪੰਜਾਬ ਦੇ ਨਾਲ ਪਿਆਰ ਹੀ ਇੰਨਾ ਸ਼ੁਰੂ ਤੋਂ ਜੁੜੇ ਹੋਏ ਨੇ, ਜਦ ਪਹਿਲਾਂ ਜਨਰੇਟਰਾਂ ਦਾ ਕੰਮ ਕਰਦੇ ਸੀ। ਇਸ ਲਈ ਕੋਈ ਵੀ ਕਿਸਾਨ ਭਰਾ ਤੁਹਾਡੀ ਵੀਡੀਓ ਦਾ ਸਾਨੂੰ ਸਕਰੀਨਸ਼ੋਟ ਭੇਜੂਗਾ, ਹਰ ਮਸ਼ੀਨ ਦੇ ਵਿੱਚੋਂ 2000 ਰੁਪਏ ਲੈਸ ਕਰਕੇ 44,000 ਰੁਪਏ ਦੀ R105 ਕਿੰਗ 8.5 HP ਦਾ ਮਾਡਲ ਮਸ਼ੀਨ ਆਏਗੀ, ਨਾਲ 32 ਬਲੇਡ ਦੀ ਰੋਟਰੀ ਅਤੇ ਅਟੈਚਮੈਂਟਾਂ 4000 ਰੁਪਏ ਦੀਆਂ ਦੋ ਨਾਲ ਹੀ ਆਉਣਗੀਆਂ। ਠੀਕ ਹੈ ਸਰ ਜੀ, ਤਾਂ ਬਹੁਤ ਸੋਹਣਾ ਲੱਗਿਆ ਜੀ ਤੁਹਾਡਾ ਕੰਮ ਜੀ, ਅਤੇ ਥੈਂਕ ਯੂ ਜੀ ਸਾਨੂੰ ਸਮਾਂ ਦੇਣ ਲਈ। ਥੈਂਕ ਯੂ ਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੂਰੇ ਪੰਜਾਬ ਦੇ ਕਿਸਾਨ ਵੀਰਾਂ ਨੂੰ।